ਵੀ ਸੱਚਾ ਸੌਦਾ ਸ਼ਬਦ ਗਿਆ। ਸੱਚਾ ਸੌਦਾ ਝੂਠੀ ਦੀ ਦੁਕਾਨ ਹੈ, ਬਲਾਤਕਾਰੀ ਬਾਬਾ ਕਤਲ ਦੇ ਉਹਦੇ ਮੁਕਦਮੇ ਨੇ ਉਹਨੂੰ ਸੱਚਾ ਸੌਦਾ ਕਹਿਣਾ ਵੀ ਸਿੱਖੀ ਦੀ ਤੁਹੀਨ ਹੈ। ਮੈਨੂੰ ਲੱਗਦਾ ਵੀ ਸਾਡੀ ਸਿੱਖ ਲੀਡਰਸ਼ਿਪ ਬੜੀ ਕਮਜ਼ੋਰ ਹੈ, ਉਹਨਾਂ ਕੋਲ ਸਿੱਖ ਸਿੱਖ ਮਸਲਿਆਂ ਲਈ ਲੜਨ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ। ਨਹੀਂ ਤਾਂ ਇਹ ਕਿੱਦਾਂ ਹੋ ਸਕਦਾ ਵੀ ਇੱਕ ਦੇਸ਼ ਵਿੱਚ ਇੱਕ ਬੰਦੇ ਨੂੰ 7 ਵਾਰੀ ਪ੍ਰੋਬਲਮ ਹੋ ਜਾਵੇ, ਸਾਡੇ ਸਿੰਘ 32-32 ਸਾਲਾਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਜੇਲ੍ਹਾਂ 'ਚ ਬਾਹਰ ਨਹੀਂ ਕੱਢਿਆ ਜਾ ਰਿਹਾ। ਮੈਨੂੰ ਸਰਕਾਰਾਂ ਤੋਂ ਜ਼ਿਆਦਾ ਤਾਂ ਸਾਨੂੰ ਲੱਗਦਾ ਕੇਂਦਰ ਸਰਕਾਰ ਦਾ ਜਿਹੜਾ ਬਾਬਾ ਇਹ ਮੈਨੂੰ ਲੱਗਦਾ ਇਹਨਾਂ ਨੇ ਆਪਣਾ ਜਵਾਈ ਬਣਾ ਕੇ ਰੱਖਿਆ ਕਿ ਜਦੋਂ ਦਿਲ ਕਰੇ ਵੀ ਬਾਹਰ ਕੱਢ ਦਿਓ ਅਤੇ ਜਦੋਂ ਦਿਲ ਕਰੇ ਅੰਦਰ ਕਰ ਦਿਓ। ਬਿਲਕੁਲ ਨਹੀਂ ਜੂਹ ਸਿਰਕਦੀ ਜੀ ਸਰਕਾਰਾਂ ਦੇ ਕੰਨਾਂ 'ਤੇ, ਕਿਉਂਕਿ ਸਰਕਾਰਾਂ ਅੱਖਾਂ ਅੰਨੀਆਂ ਅਤੇ ਕੰਨੋਂ ਬੋਲੀਆਂ ਹੋ ਚੁੱਕੀਆਂ ਨੇ। ਉਹਨਾਂ ਨੂੰ ਨਹੀਂ ਲੱਗਦਾ ਵੀ ਸਿੱਖਾਂ ਦਾ ਇਹ ਮਸਲਾ ਵਾ, ਜਦਕਿ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਜਥੇਦਾਰ ਨੇ ਉਹਨਾਂ ਦਾ ਵੀ ਅੱਜ ਬਿਆਨ ਆਇਆ ਵੀ ਇਹ ਜੋ ਬਾਬਾ ਰਾਮ ਰਹੀਮ ਨੂੰ ਪਰੋਲ ਮਿਲੀ ਹੈ ਇਹ ਬਿਲਕੁਲ ਹੀ ਗਲਤ ਹੈ ਸਾਡੇ ਲਈ। ਇੱਕ ਬੰਦੇ ਨੂੰ ਬਲਤਕਾਰੀ ਬਾਬੇ ਨੂੰ ਸਜ਼ਾ ਹੋਈ ਹੈ, ਉਹਨੂੰ ਬਾਬਾ ਪਰੋਲ ਦੇ ਕੇ ਸਿੱਖਾਂ ਦੇ ਜ਼ਖਮਾਂ ਦੇ ਲੂਣ ਛਿੜਕਿਆ ਜਾ ਰਿਹਾ ਹੈ। ਇਹ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਸੀ ਸਾਡਾ ਕਾਨੂੰਨ ਬਰਾਬਰ ਹੈ, ਕਾਨੂੰਨ ਦੇ ਕਾਰਨ ਇਹ ਕਾਹਦਾ ਕਾਨੂੰਨ ਹੈ? ਸ਼ਰੇਆਮ ਲੜਕੀਆਂ ਧੱਕਾ ਹੁੰਦਾ ਪਿਆ ਵਾ, ਸ਼ਰੇਆਮ ਸਿੱਖਾਂ ਨੂੰ ਜਾ ਕੇ ਜੇਲ੍ਹਾਂ ਟਿਕਿਆ ਜਾ ਰਿਹਾ ਵਾ, ਜੋ ਸਾਡੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਬੈਠੇ ਹਨ ਉਹਨਾਂ ਨੂੰ ਬਾਹਰ ਨਾ ਕੱਢਿਆ ਜਾ ਰਿਹਾ। ਸਿੱਖਾਂ ਨੂੰ ਇਸ ਦੇਸ਼ ਦਾ ਵਿਸ਼ ਨਹੀਂ ਸੰਭੋ, ਸਿੱਖਾਂ ਨੇ 95% ਕੁਰਬਾਨੀਆਂ ਕਰਕੇ ਇਸ ਦੇਸ਼ ਨੂੰ ਆਜ਼ਾਦੀ ਦਵਾਈ ਹੈ, ਪਰ ਇਹ ਸਿੱਖਾਂ ਨੂੰ ਇਗਨੋਰ ਕਰਕੇ ਇਹ ਇਸ ਦੇਸ਼ ਦਾ ਭਲਾ ਨਹੀਂ ਹੋਏਗਾ ਜੇ ਅਸੀਂ ਸਿੱਖਾਂ ਨੂੰ ਇਗਨੋਰ ਕਰਾਂਗੇ। ਸਿੱਖਾਂ ਨੂੰ ਦੇਸ਼ ਦਾ ਦੂਜੇ ਤੀਜੇ ਦਰਜੇ ਦਾ ਨਾਗਰਿਕ ਸਮਝਿਆ ਜਾ ਰਿਹਾ, ਸਿੱਖਾਂ ਲਈ ਕਾਨੂੰਨ ਹੀ ਕੋਈ ਨਹੀਂਗਾ, ਸਿੱਖ ਪੈਰ ਪੈਰ 'ਤੇ ਸਿੱਖਣਾ ਧੱਕਾ। ਸਾਨੂੰ ਭਗਵੰਤ ਮਾਨ ਅਤੇ ਮੋਦੀ ਜੀ 'ਤੇ ਬਹੁਤ ਆਸ ਸੀ ਕਿ ਇਹ ਕੁਛ ਨਾ ਕੁਛ ਸਿੱਖਾਂ ਵਾਸਤੇ ਕਰਨਗੇ, ਆਏ ਆ। ਬਹੁਤ ਲੋਕਾਂ ਨੇ ਵੋਟਾਂ ਪਾਈਆਂ, ਬੜਾ ਸਾਥ ਦਿੱਤਾ, ਪਰ ਜਦੋਂ ਦੇ ਇਹ ਬਣ ਗਏ ਇਹਨਾਂ ਨੇ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੇਰ ਟੀਵੀ ਅਤੇ ਮੈਂ ਹਾਂ ਮਨਪ੍ਰੀਤ ਕੌਰ। ਤੁਹਾਨੂੰ ਦੱਸ ਦਈਏ ਸੱਚਾ ਸੌਦਾ ਡੇਰਾ ਮੁਖੀ ਰਾਮ ਰਹੀਮ ਨੂੰ 7ਵੀਂ ਵਾਰ ਪੈਰੋਲ ਮਿਲ ਚੁੱਕੀ ਹੈ, ਜਿੱਥੇ ਕਿ ਡੇਰਾ ਪ੍ਰੇਮੀਆਂ ਦੇ ਮਨ ਦੇ ਵਿੱਚ ਉਤਸ਼ਾਹ ਹੈ, ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ। ਉੱਥੇ ਲੋਕਾਂ ਵੱਲੋਂ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ, ਕਿਉਂਕਿ ਇੱਕ ਪਾਸੇ ਤਾਂ ਜੋ ਰਾਮ ਰਹੀਮ ਹੈ ਉਸਨੂੰ 7ਵੀਂ ਵਾਰ ਪੈਰੋਲ ਮਿਲੀ ਹੈ, ਇੱਕ ਪਾਸੇ ਬੰਦੀ ਸਿੰਘ ਜੋ ਕਈ ਕਈ ਸਾਲਾਂ ਤੋਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੇ ਲਈ ਕਾਨੂੰਨ ਜਿਹੜਾ ਬਰਾਬਰ ਦਾ ਨਹੀਂ ਆ, ਉਹਨਾਂ ਨੂੰ ਬਰਾਬਰ ਦੇ ਜਿਹੜੇ ਅਧਿਕਾਰ ਨੇ ਨਹੀਂ ਮਿਲ ਪਾ ਰਹੇ, ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ। ਜਿੱਥੇ ਲੋਕ ਕਾਨੂੰਨ ਵਿਵਸਥਾ ਨੂੰ ਮਾੜਾ ਚੰਗਾ ਬੋਲ ਰਹੇ ਨੇ, ਉੱਥੇ ਤੁਹਾਨੂੰ ਦੱਸ ਦਈਏ ਸਮੇਂ ਦੀਆਂ ਸਰਕਾਰਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਜਿਹੜਾ ਗੁੱਸਾ ਜਤਾਇਆ ਜਾ ਰਿਹਾ, ਰੋਸ ਜਤਾਇਆ ਜਾ ਰਿਹਾ। ਤਾਂ ਅੱਜ ਸਾਡੇ ਨਾਲ ਸਿੱਖ ਤਾਲਮੇਲ ਕਮੇਟੀ ਦੇ ਹੋਰ ਲੋਕ ਮੌਜੂਦ ਨੇ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਭ ਤੋਂ ਪਹਿਲਾਂ ਜਾਣਨਾ ਚਾਹੂੰਗੀ 7ਵੀਂ ਵਾਰ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣਾ ਕੀ ਸਮਝਦੇ ਹੋ ਤੁਸੀਂ? ਵੀ ਮਤਲਬ ਲੱਗਦਾ ਤੁਹਾਨੂੰ ਕਿ ਸਰਕਾਰ ਜਾਂ ਪ੍ਰਸ਼ਾਸਨ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਨਾ ਪਹਿਲੇ ਤੁਸੀਂ ਸੱਚਾ ਸੌਦਾ ਸ਼ਬਦ ਗਏ, ਸੱਚਾ ਸੌਦਾ ਝੂਠੀ ਦੀ ਦੁਕਾਨ ਹੈ, ਬਲਾਤਕਾਰੀ ਬਾਬਾ ਕਤਲ ਦੇ ਉਹਦੇ ਮੁਕਦਮੇ ਨੇ, ਉਹਨੂੰ ਸੱਚਾ ਸੌਦਾ ਕਹਿਣਾ ਵੀ ਸਿੱਖੀ ਦੀ ਤੁਹੀਨ ਨੇ। ਦੂਸਰੀ ਗੱਲ ਦੇਖੋ, 7ਵੀਂ ਵਾਰੀ ਉਹਨੂੰ ਪਰੋਲ ਮਿਲ ਰਹੀ ਹੈ, ਸਾਡੇ ਸਿੱਖ 30-32 ਸਾਲਾਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਲਈ ਕਾਨੂੰਨ ਵੱਖਰਾ, ਇਹਨਾਂ ਕਾਨੂੰਨ ਵੱਖਰਾ। ਅੱਜ ਜਿਹੜੇ ਕੰਮ ਹੋ ਰਿਹਾ, ਮੈਨੂੰ ਲੱਗਦਾ ਵੀ ਸਾਡੀ ਸਿੱਖ ਲੀਡਰਸ਼ਿਪ ਬੜੀ ਕਮਜ਼ੋਰ ਹੈ, ਉਹਨਾਂ ਕੋਲ ਸਿੱਖ ਮਸਲਿਆਂ ਲਈ ਲੜਨ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ। ਨਹੀਂ ਤਾਂ ਇਹ ਕਿੱਦਾਂ ਹੋ ਸਕਦਾ ਵੀ ਇੱਕ ਦੇਸ਼ ਵਿੱਚ ਇੱਕ ਬੰਦੇ ਨੂੰ 7 ਵਾਰੀ ਪ੍ਰੋਬਲਮ ਹੋ ਜਾਵੇ, ਸਾਡੇ ਸਿੰਘ 32-32 ਸਾਲਾਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਜੇਲ੍ਹਾਂ 'ਚ ਬਾਹਰ ਨਹੀਂ ਕੱਢਿਆ ਜਾ ਰਿਹਾ? ਇੱਥੇ ਜਿਹੜੇ ਪ੍ਰਵਕਤਾ ਨੇ ਡੇਰਾ ਪ੍ਰੇਮੀ ਪ੍ਰਵਕਤਾ, ਉਹਦਾ ਬਿਆਨ ਵੀ ਸਾਹਮਣੇ ਆਇਆ, ਕਹਿੰਦੇ ਵੀ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੇ ਲਈ ਇੱਕ ਕਾਨੂੰਨ ਹੈਗਾ ਜੀ, 1 ਸਾਲ ਦੇ ਵਿੱਚ 70 ਦਿਨਾਂ ਦੀ ਪੈਰੋਲ ਅਤੇ 30-28 ਦਿਨਾਂ ਦੀ ਜਿਹੜੀ ਫਰਲੋ ਦਿੱਤੀ ਜਾਂਦੀ ਹੈ। ਤਾਂ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਬੰਦੀ ਸਿੰਘ ਇੰਨੇ ਸਾਲ ਤੋਂ ਬੰਦ ਨੇ ਵੀ ਉਹਨਾਂ ਨੂੰ ਵੀ ਮਿਲਣੀ ਚਾਹੀਦੀ? ਦੇਖੋ, ਜਗਤਾਰ ਸਿੰਘ ਵਾਰਾ, ਬਲਵੰਤ ਸਿੰਘ ਰਾਜੂਆਣਾ, ਜਗਤਾਰ ਸਿੰਘ ਤਾਰਾ, ਮੇਰੇ ਕੋਲ 30-32-32 ਸਾਲ ਤੋਂ ਇਹਨਾਂ ਨੂੰ 1 ਦਿਨ ਦੀ ਵੀ ਪੈਰੋਲ ਨਹੀਂ ਮਿਲੀ ਕਿ ਸਿੱਖਾਂ ਲਈ ਸਿਰਫ ਇੱਦਾਂ ਦੇ ਕਾਨੂੰਨ ਨੇ? ਫਿਰ ਕਹਿੰਦੇ ਸਿੱਖ ਬਗਾਵਤ ਕਰਦੇ ਆ, ਸਿੱਖ ਗਲਤ ਗੱਲ ਕਰਦੇ ਆ, ਸਿੱਖ ਕਿੱਥੇ ਜਾਣ? ਜੇ ਸਿੱਖ ਨੂੰ ਇਨਸਾਫ ਨਹੀਂ ਮਿਲੇਗਾ, ਸਿੱਖ ਕੀ ਕਰਨ? ਸਿੱਖ ਕਿਹੜੇ ਖੂਹ 'ਚ ਡਿੱਗਣ? ਦੱਸੋ ਜੀ, ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ, ਪੈਰੋਲ ਮਿਲਣਾ ਔਰ ਹੁਣ ਬਾਹਰ ਆ ਚੁੱਕੇ ਨੇ, ਕਿਤੇ ਨਾ ਕਿਤੇ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਬੜਾ ਹੈ ਉਹਨਾਂ ਦੇ ਜਿਹੜੇ ਡੇਰਾ ਪ੍ਰੇਮੀ ਨੇ ਖਾਸ ਕਰਕੇ, ਪਰ ਇੱਕ ਪਾਸੇ ਲੋਕਾਂ ਦੇ ਵਿੱਚ ਰੋਸ਼ ਹੈ, ਕਿਵੇਂ ਦੇਖਦੇ ਹੋ? ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਵੀ ਜਿਹੜੇ ਰਾਮ ਰਹੀਮ ਦੇ ਭਗਤ ਨੇ ਉਹਨਾਂ ਨੂੰ ਤਾਂ ਇੱਦਾਂ ਖੁਸ਼ੀ ਚੜੀ ਹੈ ਵੀ ਜਿੱਦਾਂ ਉਹਨਾਂ ਲਈ ਦੀਵਾਲੀ ਅੱਜ ਹੀ ਹੈ, ਅਤੇ ਜਿਹੜੇ ਸਿੱਖ ਨੇ ਅਤੇ ਸਿੱਖਾਂ ਦੇ ਵਿੱਚ ਇੰਨਾ ਕੁ ਦਰਦ ਹੈ ਵੀ ਜਿਹੜੇ ਸਾਡੇ ਸਿੱਖ ਨੇ ਅੰਦਰ, ਸਾਡੇ ਸਿੱਖ ਵੀਰ ਨੇ ਜਾਂ ਸਾਡੇ ਯੋਧੇ ਨੇ, ਜਥੇਦਾਰ ਨੇ, ਇਹਨਾਂ ਨੂੰ ਪਰੋਲ ਕਿਉਂ ਨਹੀਂ ਅੱਜ ਤੱਕ ਮਿਲੀ? ਸਾਡੇ ਨਾਲ ਵਿਤਕਰਾ ਕਿਉਂ ਹੁੰਦਾ? ਮੈਨੂੰ ਸਰਕਾਰਾਂ ਤੋਂ ਜ਼ਿਆਦਾ ਤਾਂ ਸਾਨੂੰ ਲੱਗਦਾ ਕੇਂਦਰ ਸਰਕਾਰ ਦਾ ਜਿਹੜਾ ਬਾਬਾ ਇਹ ਮੈਨੂੰ ਲੱਗਦਾ ਇਹਨਾਂ ਨੇ ਆਪਣਾ ਜਵਾਈ ਬਣਾ ਕੇ ਰੱਖਿਆ ਵੀ ਜਦੋਂ ਦਿਲ ਕਰੇ ਵੀ ਬਾਹਰ ਕੱਢ ਦਿਓ ਅਤੇ ਜਦੋਂ ਦਿਲ ਕਰੇ ਅੰਦਰ ਕਰ ਦਿਓ। ਹੈਂ, ਇਹਦੇ ਨਾਲ ਸਿੱਖਾਂ ਨੂੰ ਬਹੁਤ ਠੇਸ ਪਹੁੰਚੀ ਹੈ ਵੀ ਸਿੱਖ ਕਿੱਥੇ ਜਾਣ? ਸਾਡੇ ਮਾੜੀ ਖਬਰ ਹੀ ਹੈ ਸਿੱਖਾਂ ਲਈ ਵੀ ਇਹ ਜਿਹੜਾ ਬਾਹਰ ਆਇਆ ਬਲਾਤਕਾਰੀ ਬਾਬਾ,
ये कोई बनता नहीं सरकार वाली, मैं कहना चाहना। लगातार विरोध किया जा रहा, लगता है कोई असर होएगा सरकारा दे कंते, कोई जूं रेंगूगी, क्योंकि जिन्नी बार भी राम रहीम बार आंदा उन्नी बार विरोध होंदा है, पर सरकारा दे कंते जूं नहीं रेंगी। बिल्कुल नहीं जूं सिरकदी जी सरकारा दे कन्ना दे, क्योंकि सरकारा अखा अनिया ते कन्नो बोलियां हो चुकिया ने, उन्हां नूं नहीं लगता भी सिखां दा ये मसला वा। जबकि साडे श्री अकाल तख्त साहिब तो जिहड़े जथेदार ने उन्हां दा भी अज बयान आया भी ये जो बाबा राम रहीम नूं परोल मिली है ये बिल्कुल ही गलत है साडे लई। सरकारां ने जो कि हर वार ही सिखां नाल बेइंसाफी की समझ लो, अज भी असी अपने आप नूं कोई इस मैनू तो लगता ही नहीं भी असी इस राष्ट्र का हिस्सा भी है कि नहीं है, जो कि साडे लई तो बड़ी माड़ी खबर है जी। लगातार राम रहीम दे उत्ते जिहड़ा विचार चर्चा जारी है, बड़े बड़े वड्डे वड्डे बयान भी सामने आ रहे हैं, जिवें गल की है कि अकाल तख्त साहिब दे जथेदार ने भी बयान दिता है, लगता भी बयानबाजी देना मसले का हल है। वाहेगुरु जी का खालसा वाहेगुरू जी की फतेह। जदों का यह देश आजाद होया है सिखा ना उदों का ही वितकरा होंदा पिया। बंदी सिंह अंदर जिन्हें ने अपनी सजावं पूरिया कर लिया हैं, उन्होंने सजावं पूरिया होने के बावजूद भी वो बंदी सिंह बाहर नहीं आते पे। एक बंदे नूं बलात्कारी बाबे नूं सजा हुई है, उन्होंने बाबा परोल दे के सिखां दे जख्मां दे लूण छिड़किया जा रहा है। भाई अमरपाल ने की कसूर किया? भाई अमरपाल सिंह उस अजनाले कांड होया, उन्होंने जाके उसे भेजता डिब्रूगढ़ भेज दिता, एन एस ए ला दी, उन्होंने कोई जमानत नहीं होंदिया पईआं, उन्होंने परिवार को मिलन दिता जा रहा, उसकी मिसरी नूं बाहर नहीं जान दिता जा रहा, यह सिखां दा धक्का वा। हुण अज झोटा जां परमिंदर सिंह झोटा जिहड़ा नशा दे नथ पांडिया सी, नशे जिहड़े उहनूं बंदे नूं फड़ के पुलिस फड़ांदा वैसे, पुलिस ने उल्टा उहदे परचा करता क्योंकि एक सरदार है, सरदार करके टोंता। सिद्धू मूसेवाला सरदार सी, उहनूं मरवाता, जिन्हां ने मारिया वा उह बंदे अजे भी आजाद घूमदे पए आ। इदां ही सिखां नाल शुरू तों धक्का हुंदा आंदा पिआ, इह सिखां दे सही माने जख्मां दे लूण छिड़कदे पए आ। साडे सिख कौम इहनां जो इह कम जो सरकारां इह कम करदियां पईआं, सिखां दे वाकई ही जख्मां दे लूण छिड़के जा रहा वा। ये जो देश की सरकार है कि इस सिखा इस देश का वसनीक नहीं समझते, असं कहने कानून बराबर है, कहदा कानून बराबर है? सिखा के बंदे अंदर ये बलात्कारी बाबे बाहर, हूँ मिजोरम के एक जी लड़की नाल बलात्कार किया गया वा, उन्होंने कोई सज़ा नहीं, कोई की कानून है? ये देश का प्रधानमंत्री कहता है कानून बराबर है, कानून करा कोई कहदा कानून है? शरेआम लड़कियां धक्का धक्का होंदा पाया वा, शरेआम सिखा जाके जेल टेकया जा रहा वा, जो साडे बंदी सिंह सजावं पूरी कर बैठे हैं उन्होंने बाहर ना कड़ा जा रहा। सिखा इस देश का वसनीक संभव, सिखा ने 95% कुरबानियां करके इस देश को आजादी दवाई है, पर सिख ये सिखा इग्नोर करके ये इस देश का भला नहीं होएगा जे अं सिखा इग्नोर करा, क्योंकि सिखा हूँ अज जो हड़ आए हैं उत्थे कोई सरकावा सरकार कोई मदद नहीं कर रही पईआं, वो असी सिख सिख परिवार अपने परिवार को आप समझते पे हाँ। दसो सरकार है कितने है? ना कानून के ना जमीनी पद्धर से। 2% कहा जाता है तो 2% वाले ही अज जिहड़े है वधिया तरीके नाल काम कर रहे हैं। एस डी पी सी वालों एक मुहिम भी चलाई गई सी कि एक फॉर्म भरवाया जाता सी बंदी सिंह की रिहाई लई, लगता भी वह मुहिम ने कितने काम किया या अगे काम करेगी? जो अकाली सरकार सी ये बीजेपी की भाईवाल सरकार रही पहला, उदों इन्हों फार्म भरे जित नहीं आए, ये उदो अपने बंदी सिंह रिहा क्यों नहीं कराए? अज अं सरकार तो बाहर आ गए फार्म भरते पे हाँ। चलो एक एक स्टैप हो सकता वा, पर सरकार को इस गल का चन कि होगा कि बंदी सिंह रिहा कर रहे हैं? इनू एक एक गल डीपली सोच के कल फार्म भराना हल नहीं है। सरकार सामने अपनी गल रखो, आप तुम उन्होंने जो कानून बनाते हो तुम समर्थन करते पे कानून का, पर तुम अपनी सरकार को अपनी बंदी सिंह रिहाली मंगते करो, वो मंग करते नहीं पे है। की लगता है मसला किदा हल होगा? क्योंकि एक पास बंदी सिंह ने जेडे कि सजावं पूरिया कर चुके हैं फिर भी डबल डबल टाइम तो जेल च ने, एक पास योजे लोगों पेरोल मिल रही है, ब्रिज भूषण भारत के खिलाफ भी जरा काफ़ी प्रदर्शन चलिया, काफ़ी ज़्यादा लोग प्रोटेस्ट कर रहे पर उन्होंने भी बेल मिल गई। साढ़े सिखा के कोल लीडरशिप की बहुत वही घाट है, लीडरशिप अपने सिर्फ कुर्सियां पिछे लड़ते हैं, लीडरशिप कौम का सोच के कौम का भविख सोच के इस लड़ाई अगे लैके जान, सारी सिख कौम उन्हें समर्थन करेगी। तो जेकर देखा जाए माहौल जिमें हूँ चलता पाया, राम रहीम पैरोल दे दी गई है ना, तो पर कहते जेल के प्रशासन ने उन्हें डेरे के जाने की परमिशन नहीं दी, हाँ डेरे तो घोड़े तो गावं मंगाई गई ने भी इतने भी आके इन्ना वी आई पी ट्रीटमेंट उन्होंने मिलता है, किमें देख दो तुम? मेरे छोटे वीर ने देखे सिखा देश का दूजे तीजे दर्जे का नागरिक समझा जा रहा है, सिखा लिए कानून ही कोई नहीं गा, सिख पैर पैर तो सिखने धक्का देखो है ना, साढ़े मेरे छोटे वीर ने कई गल्ला तुम्हें गिनाइया, इसलिए सिख कौम अपने आप में ठगिया महसूस कर दिए। 47 तो बाद जो 47 असं आजाद ही होया ना सिखों जराय पेशा कौम करार देता, उस तो बाद लगातार पैर पैर तो सिखने धक्का किया जाता,
इस लई सिखां नूं सोचण लई मजबूर होना पई इस देश में रहना कि नहीं रहना। ਕਿਵੇਂ ਕੀ ਸਰਕਾਰਾਂ ਤੋਂ ਮੰਗ ਕੀ ਹੈ ਹੁਣ ਕੀ ਅਪੀਲ ਕੀ ਹੈ ਸਰਕਾਰਾਂ ਤੋਂ ਮੰਗਾਂ ਨਾਲ ਕੋਈ ਗੱਲ ਨਹੀਂ ਮੰਨੀ ਜਿੰਨਾ ਸਿਰ ਸਿੱਖ ਆਗੂ ਸਿਰ ਜੋੜ ਕੇ ਬੈਠਣਗੇ ਇੱਕ ਵੱਡਾ ਸੰਘਰਸ਼ ਵਿੱਢਣਗੇ ਉਸ ਤੋਂ ਮੇਰੇ ਗੱਲ ਬਣੇਗੀ ਨਹੀਂ। ਬੱਚੋ ਬਿਲਕੁਲ ਇਹ ਸਨ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਤੇ ਕੁਝ ਹੋਰ ਲੋਕ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਲਗਾਤਾਰ ਵਿਰੋਧ ਜਤਾਇਆ ਜਾ ਰਿਹਾ ਹੈ। 7ਵੀਂ ਵਾਰ 30 ਦਿਨਾਂ ਦੀ ਪੈਰੋਲ ਤੇ ਰਾਮ ਰਹੀਮ ਬਾਹਰ ਆ ਚੁੱਕਾ ਹੈ ਔਰ ਲੋਕਾਂ ਦੇ ਵਿੱਚ ਰੋਸ਼ ਹੈ ਕਿ ਜਿੱਥੇ ਇੱਕ ਪਾਸੇ ਰਾਮ ਰਹੀਮ ਨੂੰ 7ਵੀਂ ਵਾਰ ਜਿਹੜੀ ਪੈਰੋਲ ਮਿਲੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਲਗਾਤਾਰ ਬੰਦੀ ਸਿੰਘ ਨੇ ਜਿਹੜੇ 32-32 ਸਾਲਾਂ ਤੋਂ ਜੇਲ੍ਹਾਂ ਵਿੱਚ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਹੋਰ ਬਾਪੂ ਜੀ ਇੱਥੇ ਮੌਜੂਦ ਨੇ ਆਏ ਨੇ ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਬਾਪੂ ਜੀ ਕਿਵੇਂ ਦੇਖਦੇ ਹੋ ਤੁਸੀਂ ਰਾਮ ਰਹੀਮ ਦਾ ਇੱਕ ਵਾਰ ਫੇਰ ਬਾਹਰ ਆਉਣਾ? ਰਾਮ ਰਹੀਮ ਦਾ ਜਿਹੜਾ ਬਾਹਰ ਆਉਣਾ ਨਾ ਇਹ ਸਿੱਖਾਂ ਦੇ ਉੱਤੇ ਨਾ ਜਿਸ ਤਰ੍ਹਾਂ ਜ਼ਖਮਾਂ ਦੇ ਉੱਤੇ ਲੂਣ ਪਾਣਾ ਨਾ ਉਹ ਚੀਜ਼ ਸਰਕਾਰ ਕਰ ਰਹੀ ਆ। ਸਾਨੂੰ ਭਗਵੰਤ ਮਾਨ ਤੇ ਮੋਦੀ ਜੀ ਤੇ ਬਹੁਤ ਆਸ ਸੀ ਕਿ ਇਹ ਕੁਛ ਨਾ ਕੁਛ ਸਿੱਖਾਂ ਵਾਸਤੇ ਕਰਨਗੇ ਆਏ ਆ। ਬਹੁਤ ਲੋਕਾਂ ਨੇ ਵੋਟਾਂ ਪਾਈਆਂ ਬੜਾ ਸਾਥ ਦਿੱਤਾ ਪਰ ਜਦੋਂ ਦੇ ਇਹ ਬਣ ਗਏ ਇਹਨਾਂ ਨੇ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ। ਮੈਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਅੱਗੇ ਹੋ ਕੇ ਲੱਗੋ ਤੇ ਸਾਰੀ ਕੌਮ ਤੁਹਾਡੇ ਨਾਲ ਆ। ਤੁਸੀਂ ਕੋਈ ਫੈਸਲਾ ਇਹੋ ਜਿਹਾ ਲਓ ਜਿਸ ਤਰ੍ਹਾਂ ਸਾਡੇ ਪਿਛਲੇ ਜਥੇਦਾਰ ਲੈਂਦੇ ਹੁੰਦੇ ਸੀ ਫੈਸਲੇ, ਇਦਾਂ ਦੇ ਫੈਸਲੇ ਲਓ ਤੇ ਅਸੀਂ ਸਿੱਖ ਕੌਮ ਸਾਰੀ ਤੁਹਾਡੇ ਨਾਲ ਨਾਲ ਆ। ਜਿਸ ਤਰ੍ਹਾਂ ਸਾਡੇ ਤਰਜਿੰਦਰ ਜੀ ਪ੍ਰਧਾਨ ਹਰ ਵੇਲੇ ਸਰਗਰਮ ਰਹਿੰਦੇ ਆ, ਕੋਈ ਵੀ ਕੰਮ ਕਰਨਾ ਹੁੰਦਾ ਸਾਨੂੰ ਨਾਲ ਲੈ ਕੇ ਤੁਰਦੇ ਆ ਤੇ ਅਸੀਂ ਸਾਰੇ ਕਾਲ ਤਖਤ ਦੇ ਜਥੇਦਾਰ ਦੇ ਨਾਲ ਆ। ਪਰ ਜਥੇਦਾਰ ਕੋਈ ਸਟੈਂਡ ਨਹੀਂ ਲੈ ਰਹੇ, ਉਹ ਜਿਸ ਤਰ੍ਹਾਂ ਬਾਦਲ ਸਾਹਿਬ ਕਹਿੰਦੇ ਆ ਬਸ ਉਸ ਤਰ੍ਹਾਂ ਕਰੀ ਜਾਂਦੇ ਆ। ਜਿਸ ਤਰ੍ਹਾਂ ਸਾਡੇ ਮਾਨ ਸਾਹਿਬ ਕਹਿੰਦੇ ਆ ਜਾਂ ਦੂਜੇ ਕਹਿੰਦੇ ਆ ਜਿਹੜੇ ਆਪਣੇ ਕਰਮ ਖਿਆਲੀ ਕਹਿ ਦਿੰਦੇ ਉਹਨਾਂ ਨੂੰ ਕਰਮ ਖਿਆਲੀ ਕਹਿ ਦਿੰਦੇ ਆ, ਜਿਹੜੇ ਸੱਚੀ ਗੱਲ ਕਹਿੰਦੇ ਉਹਨੂੰ ਕਰਮ ਖਿਆਲੀ ਆ ਤੇ ਜਿਹੜੇ ਅੰਦਰ ਵੜ ਕੇ ਕੰਮ ਕਰੀ ਜਾਂਦੇ ਉਹ ਉਹਨਾਂ ਨੂੰ ਦੂਜੇ ਆ ਜੀ। ਤੇ ਇਸ ਕਰਕੇ ਅਸੀਂ ਕਹਿੰਦੇ ਕਾਲ ਤਖਤ ਦਾ ਜਥੇਦਾਰ ਨੂੰ ਕਹਿੰਦੇ ਵੀ ਉਹ ਆਪਣਾ ਜਥੇਦਾਰ ਉੱਥੋਂ ਐਲਾਨ ਕਰੇ ਤੇ ਸਾਨੂੰ ਆਰਡਰ ਕਰੇ ਜਿੱਥੇ ਕਵੇ ਅਸੀਂ ਧਰਨਾ ਦੇਣ ਨੂੰ ਤਿਆਰ ਹਾਂ, ਜੋ ਕਰਨ ਨੂੰ ਕਵੇ ਅਸੀਂ ਕਰਨ ਨੂੰ ਤਿਆਰ ਹਾਂ। ਅਸੀਂ ਹਰ ਵੇਲੇ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਹਾਂ। ਬਹੁਤ ਬਹੁਤ ਧੰਨਵਾਦ ਸੋ। ਬਿਲਕੁਲ ਲਗਾਤਾਰ ਇਹ ਗੱਲ ਆਖੀ ਜਾ ਰਹੀ ਹੈ ਕਿ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਕੋਈ ਨਾ ਕੋਈ ਸਟੈਪ ਚੁੱਕਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਔਰ ਇਹਨਾਂ ਦਾ ਕਹਿਣਾ ਕਿ ਸਿੱਖ ਕੌਮ ਹਮੇਸ਼ਾ ਹੀ ਇਹਨਾਂ ਦੇ ਨਾਲ ਹੈ ਤਾਂ ਲਗਾਤਾਰ ਰਾਮ ਰਹੀਮ ਨੂੰ ਜੋ ਪੈਰੋਲ ਮਿਲੀ ਹੈ ਉਸ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਜਿਹੜੇ ਵਿਰੋਧੀ ਲੋਕ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੱਕ ਵੀ ਜਿਹੜੀ ਹੈ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਹੁਣ ਵੇਖਣਾ ਹੋਏਗਾ ਕਿ ਇਸ ਮਾਮਲੇ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕੀ ਹੁੰਦੀ ਹੈ। ਕੈਮਰਾ ਪਰਸਨ ਨਾਜ਼ਰ ਨਾਲ ਮਨਪ੍ਰੀਤ ਕੌਰ ਦਾ ਏਅਰ ਟੀਵੀ ਜਲੰਧਰ।